ਅੱਜ ਅਸੀਂ ਸਿੱਖਾਂਗੇ ਕਿ ਕਿਸ ਤਰ੍ਹਾਂ ਗੂਗਲ ਕਲਾਸਰੂਮ ਦੇ ਵਿੱਚ ਜਦੋਂ ਤੁਸੀਂ ਕਲਾਸ ਨੂੰ ਜੁਆਇਨ ਕਰ ਲਿਆ ਉਸ ਤੋਂ ਬਾਅਦ ਕਿਸ ਤਰ੍ਹਾਂ ਤੁਸੀਂ ਆਪਣੀ ਜਿਹੜੀ ਅਸਾਈਨਮੈਂਟ ਹੈ ਉਹ ਅਪਲੋਡ ਕਰਨੀ ਹੈ ਤੇ ਟੀਚਰ ਨੂੰ ਭੇਜਣੀ ਹੈ। ਜਦੋਂ ਤੁਸੀਂ ਕੋਈ ਗੂਗਲ ਕਲਾਸਰੂਮ ਐਡ ਕਰਦੇ ਹੋ ਜੁਆਇਨ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਜਿਹੜਾ ਹੈ ਵਿੰਡੋ ਉਹ ਖੁੱਲੇਗੀ, ਤੁਸੀਂ ਇਸ ਨੂੰ ਓਪਨ ਕਰਨਾ ਹੈ। ਜਦੋਂ ਤੁਸੀਂ ਓਪਨ ਕਰੋਗੇ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਕਲਾਸ ਵਰਕ ਦੇ ਵਿੱਚ ਜਾਣਾ ਹੈ, ਤੁਹਾਨੂੰ ਇਸ ਤਰ੍ਹਾਂ ਦੀ ਜਿਹੜੀ ਅਸਾਈਨਮੈਂਟ ਜੋ ਟੀਚਰ ਨੇ ਦਿੱਤੀ ਹੈ ਉਹ ਤੁਹਾਨੂੰ ਦਿਖਾਈ ਦੇਗੀ। ਸਭ ਤੋਂ ਪਹਿਲਾਂ ਤੁਸੀਂ ਆਪਣੀਆਂ ਇੰਸਟਰਕਸ਼ਨਸ ਪੜ੍ਹਨੀਆਂ ਨੇ। ਇੰਸਟਰਕਸ਼ਨਸ ਪੜ੍ਹਨ ਤੋਂ ਬਾਅਦ ਤੁਸੀਂ ਇੱਥੇ ਦੇਖੋਗੇ ਡਿਊ ਡੇਟ, ਇੱਥੇ 20 ਅਕਤੂਬਰ ਲਿਖੀ ਹੈ, ਡਿਊ ਡੇਟ ਚੈੱਕ ਕਰੋ। ਔਰ ਸਭ ਤੋਂ ਪਹਿਲਾਂ ਇਹ ਜ਼ਰੂਰੀ ਕੰਮ ਹੈ ਕਿ ਰਿਊਬਰਿਕ ਜ਼ਰੂਰ ਚੈੱਕ ਕਰੋ ਕਿ ਕਿਸ ਤਰ੍ਹਾਂ ਟੀਚਰ ਨੇ ਤੁਹਾਡੀ ਅਸਾਈਨਮੈਂਟ ਨੂੰ ਇਵੈਲੂਏਟ ਕਰਨਾ ਹੈ। ਤੁਸੀਂ ਇੱਥੇ ਪੜ੍ਹ ਸਕਦੇ ਹੋ ਟੋਟਲ ਅਸਾਈਨਮੈਂਟ 8 ਨੰਬਰ ਦੀ ਹੈ ਔਰ ਐਡੀਕੁਏਸੀ ਆਫ ਕੰਟੈਂਟ ਇੱਕ ਫੈਕਟਰ ਹੈ ਜਾਂ ਵੇਰੀਏਬਲ ਹੈ, ਦੂਸਰਾ ਸੀਕੁਐਂਸ ਆਫ ਦਾ ਆਈਡੀਆ ਹੈ, ਤੀਜਾ ਪ੍ਰੈਜੈਂਟੇਸ਼ਨ ਹੈ, ਚੌਥਾ ਰੈਲੇਵੈਂਸ ਆਫ ਕੰਟੈਂਟ, ਪੰਜਵਾਂ ਹੈਂਡਰਾਈਟਿੰਗ ਐਂਡ ਟਾਈਪਿੰਗ, ਛੇਵਾਂ ਸਬਮਿਸ਼ਨ ਡਿਟੇਲ, ਸੱਤਵਾਂ ਰੈਫਰੈਂਸਿਸ ਐਂਡ ਸਾਈਟੇਸ਼ਨ ਔਰ ਅੱਠਵਾਂ ਹੈ ਸਬਮਿਸ਼ਨ ਡਿਟੇਲ। ਇਹ ਸਾਰਿਆਂ ਦੀ ਜਿਹੜੀ ਡਿਟੇਲ ਹੈ ਇਹਨਾਂ ਦਾ ਕਿਆ ਮਤਲਬ ਹੈ ਸਾਰਾ ਇੱਥੇ ਨੀਚੇ ਗਿਵਨ ਹੈ ਔਰ ਨਾਲ ਹੀ ਇਹਨਾਂ ਦੇ ਨੰਬਰ ਵੀ ਦਿੱਤੇ ਹੋਏ ਨੇ। ਜੇ ਐਡੀਕੁਏਟ ਕੰਟੈਂਟ ਹੈ ਤਾਂ 1 ਨੰਬਰ ਹੈ, ਸਿੰਪਲ ਐਡੀਕੁਏਟ ਹੈ ਤਾਂ 0.75 ਹੈ, ਸਫੀਸ਼ੈਂਟ ਹੈ 0.5 ਹੈ, ਲੈਸ ਦੈਨ ਸਫੀਸ਼ੈਂਟ ਕੰਟੈਂਟ ਹੈ ਉਸਦਾ ਤਾਂ 0.25 ਮਾਰਕਸ ਹੈ, ਔਰ ਅਗਰ ਕੰਟੈਂਟ ਜਿਹੜਾ ਹੈ ਉਹ ਐਡੀਕੁਏਟ ਨਹੀਂ ਹੈ, ਬਿਲਕੁਲ ਵੀ ਅਕਸੈਪਟੇਬਲ ਟੀਚਰ ਨੂੰ ਨਹੀਂ ਹੈ ਤਾਂ 0 ਨੰਬਰ ਹੈ। ਇਸ ਤਰ੍ਹਾਂ ਸਾਰਿਆਂ ਦਾ ਇਹ ਰਿਊਬ੍ਰਿਕ ਦਿੱਤਾ ਹੋਇਆ ਉਹ ਧਿਆਨ ਨਾਲ ਪੜ੍ਹਨਾ ਹੈ। ਉਸ ਤੋਂ ਬਾਅਦ ਤੁਸੀਂ ਦੇਖਿਓ ਹਲੇ ਇੱਥੇ ਅਸਾਈਨਡ ਆ ਰਿਹਾ ਹੈ, ਜਦੋਂ ਤੁਸੀਂ ਸਬਮਿਟ ਕਰ ਦੋਗੇ ਤਾਂ ਇੱਥੇ ਟਰਨ ਇਨ ਆਏਗਾ, ਤੁਸੀਂ ਆਪਣੀ ਅਸਾਈਨਮੈਂਟ ਨੂੰ ਵਿਊ ਕਰਨਾ ਹੈ, ਦੇਖਣਾ ਹੈ। ਜਦੋਂ ਤੁਸੀਂ ਆਪਣੀ ਅਸਾਈਨਮੈਂਟ ਨੂੰ ਦੇਖਦੇ ਹੋ ਤਾਂ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਸਕਰੀਨ ਦਿਖਾਈ ਦੇਗੀ, ਤੁਹਾਨੂੰ ਇੱਥੇ ਸਾਰੇ ਕ੍ਰਾਈਟੀਰੀਆ ਦਿਖਾਈ ਦੇਣਗੇ ਕਿਸ ਕ੍ਰਾਈਟੀਰੀਆ 'ਤੇ ਟੀਚਰ ਨੇ ਤੁਹਾਡੀ ਜਿਹੜੀ ਅਸਾਈਨਮੈਂਟ ਉਹ ਇਵੈਲੂਏਟ ਕਰਨੀ ਹੈ। ਅਤੇ ਇਹ ਹੈ ਕਲਾਸ ਕਮੈਂਟ, ਇੱਥੇ ਤੁਸੀਂ ਜੋ ਵੀ ਲਿਖੋਗੇ ਉਹ ਪੂਰੀ ਕਲਾਸ ਜਿਹੜੀ ਹੈ ਉਹ ਦੇਖੇਗੀ, ਜਿਵੇਂ ਆਹ ਬੱਚੇ ਨੇ ਲਿਖਿਆ ਹੈ ਓਕੇ ਸਰ, ਇੱਥੇ ਜੋ ਵੀ ਤੁਸੀਂ ਲਿਖ ਦੋਗੇ ਉਹ ਪੂਰੀ ਕਲਾਸ ਇੱਥੇ ਇਸਨੂੰ ਕਮੈਂਟ ਨੂੰ ਦੇਖ ਸਕਦੀ ਹੈ। ਔਰ ਅਗਰ ਤੁਸੀਂ ਕੋਈ ਕਮੈਂਟ ਪਰਟੀਕੁਲਰਲੀ ਟੀਚਰ ਨੂੰ ਦੇਣਾ ਹੈ ਤਾਂ ਤੁਸੀਂ ਇੱਥੇ ਜਾ ਕੇ ਪ੍ਰਾਈਵੇਟ ਕਮੈਂਟ ਦੇ ਵਿੱਚ ਵੀ ਟੀਚਰ ਨੂੰ ਕੁਝ ਵੀ ਲਿਖ ਸਕਦੇ ਹੋ, ਉਹ ਜਿਹੜਾ ਤੁਹਾਡਾ ਕਮੈਂਟ ਹੈ ਉਹ ਸਿਰਫ ਟੀਚਰ ਹੀ ਦੇਖੇਗਾ। ਹੁਣ ਜਦੋਂ ਤੁਸੀਂ ਆਪਣੀ ਜਿਹੜੀ ਅਸਾਈਨਮੈਂਟ ਹੈ, ਜਦੋਂ ਤੁਸੀਂ ਆਪਣੀ ਅਸਾਈਨਮੈਂਟ ਨੂੰ ਬਣਾ ਲਿਆ ਤਾਂ ਤੁਸੀਂ ਇੱਥੇ ਐਡ ਉੱਤੇ ਕਲਿੱਕ ਕਰੋਗੇ, ਤੁਸੀਂ ਆਪਣੀ ਅਸਾਈਨਮੈਂਟ ਜਿਹੜੀ ਬਣਾਈ ਹੈ ਗੂਗਲ ਡਰਾਈਵ 'ਤੇ ਪਈ ਹੈ ਜਾਂ ਕੋਈ ਲਿੰਕ ਸ਼ੇਅਰ ਕਰਨਾ ਹੈ ਜਾਂ ਆਪਣੀ ਜਿਹੜੀ ਫਾਈਲ ਹੈ ਤੁਸੀਂ ਇੱਥੋਂ ਦੀ ਦੇਣਾ ਚਾਹੁੰਦੇ ਹੋ ਟੀਚਰ ਨੂੰ, ਤੁਸੀਂ ਇੱਥੇ ਫਾਈਲ 'ਤੇ ਕਲਿੱਕ ਕਰੋਗੇ, ਇਹ ਤੁਹਾਨੂੰ ਉੱਥੇ ਲੈ ਜਾਏਗਾ ਅਪਲੋਡ 'ਤੇ, ਅਪਲੋਡ 'ਤੇ ਕਲਿੱਕ ਕਰੋ ਅਤੇ ਉਸ ਤੋਂ ਬਾਅਦ ਬਰਾਊਜ਼ ਕਰੋ। ਜੋ ਵੀ ਕੋਈ ਫਾਈਲ ਜੋ ਤੁਹਾਡੇ ਕੰਪਿਊਟਰ 'ਤੇ ਜਾਂ ਲੈਪਟਾਪ 'ਤੇ ਪਈ ਹੈ ਉਹ ਤੁਸੀਂ ਇੱਥੋਂ ਦੀ ਬਰਾਊਜ਼ ਕਰਕੇ ਇੱਥੇ ਅਪਲੋਡ ਕਰ ਸਕਦੇ ਹੋ। ਆਪਾਂ ਹੁਣ ਇੱਥੇ ਇੱਕ ਫਾਈਲ ਅਪਲੋਡ ਕਰਕੇ ਦੇਖਾਂਗੇ, ਜਿਵੇਂ ਅਗਰ ਆਪਾਂ ਡੈਸਕਟਾਪ 'ਤੇ ਜਾਈਏ ਤਾਂ ਕੋਈ ਵੀ ਇੱਕ ਫਾਈਲ ਆਪਾਂ ਇੱਥੋਂ ਅਪਲੋਡ ਕਰ ਲਾਂਗੇ। ਮੰਨ ਲਓ ਇਹ ਰੂਲਸ ਫੋਰ ਆਨਲਾਈਨ ਕੁਇਜ਼ ਕੰਪੀਟੀਸ਼ਨ ਆਪਾਂ ਨੇ ਕਰ ਲਿਆ, ਤੁਸੀਂ ਜਿਹੜੀ ਅਸਾਈਨਮੈਂਟ ਬਣਾਈ ਹੋਏਗੀ ਚਾਹੇ ਵਰਡ ਫਾਈਲ ਹੈ ਚਾਹੇ PDF ਫਾਈਲ ਹੈ ਤੁਸੀਂ ਇੱਥੋਂ ਦੀ ਉਹ ਕਰਕੇ ਅਪਲੋਡ ਕਰ ਸਕਦੇ। ਦੇਖੋ ਇੱਥੇ ਜਿਹੜੀ ਫਾਈਲ ਹੈ ਇਹ ਅਪਲੋਡ ਹੋ ਰਹੀ ਹੈ। ਇਹ ਹੁਣ ਜਿਹੜੀ ਫਾਈਲ ਹੈ ਇਹ ਹੈਂਡ ਇਨ ਹੋ ਗਈ ਹੈ, ਫਾਈਲ ਜਿਹੜੀ ਹੈ ਉਹ ਟੀਚਰ ਕੋਲ ਚਲੀ ਗਈ ਹੈ। ਇਹ ਬਹੁਤ ਆਸਾਨ ਹੈ ਅਤੇ ਹੁਣ ਅਸੀਂ ਦੇਖਾਂਗੇ ਕਿ ਜਦੋਂ ਟੀਚਰ ਕੋਲ ਫਾਈਲ ਚਲੀ ਗਈ ਤਾਂ ਉਹ ਕਿਸ ਤਰ੍ਹਾਂ ਦਾ ਦਿਖੇਗਾ। ਹੁਣ ਮੈਂ ਇਹ ਟੀਚਰ ਦਾ ਖੋਲ੍ਹਿਆ ਹੋਇਆ ਹੈ ਕਿ ਟੀਚਰ ਨੂੰ ਕਿਸ ਤਰ੍ਹਾਂ ਦਾ ਦਿਖੇਗਾ, 190 ਸਟੂਡੈਂਟਸ ਹੈ ਟੋਟਲ। ਅਗਰ ਆਪਾਂ ਇਹਨੂੰ ਰਿਫਰੈਸ਼ ਕਰੀਏ ਤਾਂ ਦੇਖਿਓ ਕਿ ਇੱਕ ਬੱਚੇ ਨੇ ਇੱਥੇ ਟਰਨਿੰਗ ਕਰਦੀ ਹੋਣੀ ਹੈ ਅਤੇ ਉਹ ਇੱਥੇ ਸਾਨੂੰ ਉਹ ਦਿਖਾਈ ਦੇਗੀ। ਅਸੀਂ ਇਹਨੂੰ ਖੋਲ੍ਹ ਲੈਂਦੇ ਹਾਂ, 191 ਬੱਚਿਆਂ ਨੂੰ ਅਸਾਈਨਡ ਹੈ ਔਰ ਟਰਨ ਇਨ ਹਲੇ ਨਹੀਂ ਇੱਥੇ ਸ਼ੋ ਕਰ ਰਿਹਾ ਹੈ। ਸਾਨੂੰ ਇੱਥੇ ਹੈਂਡ ਇਨ 'ਤੇ ਜਾਣਾ ਹੈ ਔਰ ਇੱਕ ਹੈਂਡ ਇਨ 'ਤੇ ਕਲਿੱਕ ਕਰਨਾ ਹੈ।
ਉਦੋਂ ਜਿਹੜੀ ਫਾਈਲ ਹੈ ਇਹ ਟੀਚਰ ਨੂੰ ਸਬਮਿਟ ਹੋ ਜਾਏਗੀ। ਦੇਖੋ ਹੁਣ ਇੱਥੇ ਆ ਗਿਆ ਅਨਸਬਮਿਟ, ਮਤਲਬ ਫਾਈਲ ਜਿਹੜੀ ਹੈ ਉਹ ਟੀਚਰ ਕੋਲ ਸਬਮਿਟ ਹੋ ਗਈ ਹੈ। ਤੇ ਹੁਣ ਅਗਰ ਆਪਾਂ ਟੀਚਰ ਦਾ ਦੇਖੀਏ ਤਾਂ ਉੱਥੇ ਦੇਖੋ 190 ਪਰਸਨਸ ਨੂੰ ਅਸਾਈਨ ਸੀ ਇਹ ਅਸਾਈਨਮੈਂਟ, ਔਰ ਇੱਕ ਬੱਚੇ ਨੇ ਇਹ ਜਿਹੜੀ ਫਾਈਲ ਹੈ ਉਹ ਵਾਪਸ ਰਿਟਰਨ ਕਰ ਦਿੱਤੀ, ਟਰਨ ਇਨ ਇੱਥੇ ਟੀਚਰ ਕੋਲ ਆ ਗਈ। ਟੀਚਰ ਇੱਥੋਂ ਦੀ ਜਿਹੜੀ ਫਾਈਲ ਹੈ ਉਹ ਚੈੱਕ ਕਰ ਸਕਦਾ ਹੈ। ਦੇਖੋ ਇੱਕ ਨੇ ਟਰਨ ਇਨ ਕਰਤੀ, ਅਦੇ ਕਰਤੇ ਸ਼ੋ ਕਰ ਰਿਹਾ ਟਰਨ ਇਨ, ਆ ਬੱਚੇ ਨੇ ਸ਼ੋ ਕਰਤੀ ਹੈ ਟਰਨ। ਦੇਖੋ ਇਸ ਨੇ ਟਰਨ ਇਨ ਕਰਤੀ ਹੈ ਫਾਈਲ, ਇੱਕ ਜਮਾ ਕਰਾਤੀ ਹੈ। ਅਸੀਂ ਉਹ ਫਾਈਲ ਨੂੰ ਚੈੱਕ ਕਰਕੇ ਤੇ ਇੱਥੇ ਆਪਾਂ ਉਸਨੂੰ ਗ੍ਰੇਡ ਦੇ ਜਾ ਸਕਦੇ ਨੇ ਕਿ ਐਡੀਕੁਏਸੀ ਆਫ ਕੰਟੈਂਟ ਕਿਸ ਤਰ੍ਹਾਂ ਦਾ ਸੀ, ਸੀਕੁਐਂਸ ਆਫ ਆਈਡੀਆ ਕਿਸ ਤਰ੍ਹਾਂ ਦਾ ਸੀ, ਉਹ ਸਾਰੇ ਆਪਾਂ ਇੱਥੇ ਦੇ ਸਕਦੇ ਹਾਂ। ਦੇਖੋ ਇਹ ਫਾਈਲ ਆ ਗਈ ਹੈ ਟੀਚਰ ਕੋਲ, ਔਰ ਟੀਚਰ ਜਿਹੜਾ ਹੈ ਉਹ ਇਸ ਫਾਈਲ ਨੂੰ ਇੱਥੋਂ ਖੋਲ੍ਹ ਕੇ ਪੜ੍ਹ ਸਕਦਾ ਹੈ, ਦੇਖ ਸਕਦਾ ਹੈ, ਅਤੇ ਸਾਰੇ ਜਿੰਨੇ ਕਮੈਂਟਸ ਨੇ ਟੀਚਰ ਇੱਥੋਂ ਦੀ ਐਡੀਕੁਏਸੀ ਆਫ ਕੰਟੈਂਟ, ਇਹ ਸਾਰੇ ਕ੍ਰਾਈਟੀਰੀਆਸ 'ਤੇ ਬੱਚੇ ਨੂੰ ਨੰਬਰ ਦੇ ਸਕਦਾ ਹੈ, ਅਤੇ ਉਹ ਜਿਹੜੇ ਨੰਬਰ ਨੇ ਉਹ ਆਟੋਮੈਟਿਕਲੀ ਟੋਟਲ ਹੋ ਕੇ ਇੱਥੇ ਆ ਜਾਣਗੇ। ਜਿਵੇਂ ਮੰਨ ਲਓ ਰੂਬਰਿਕ ਦੇ ਵਿੱਚ ਐਡੀਕੁਏਸੀ ਆਫ ਕੰਟੈਂਟ ਦੇ ਟੀਚਰ ਨੇ 0.75 ਮਾਰਕਸ ਦੇ ਤੇ, ਸੀਕੁਐਂਸ ਦੇ ਵਿੱਚ 0.25 ਮਾਰਕਸ ਦਿੱਤੇ ਨੇ। ਦੇਖੋ ਇੱਥੇ ਟੋਟਲ ਆਟੋਮੈਟਿਕਲੀ ਉੱਪਰ ਹੁੰਦਾ ਰਹੇਗਾ ਜਿਹਨੇ ਜਿਹਨੇ ਨੰਬਰ ਬੱਚੇ ਦੇ ਦੇਣੇ ਆ, ਇੱਕ ਨੰਬਰ ਉਹਦੇ ਕੋਲ ਹੋ ਗਿਆ ਹੈ। ਅਤੇ ਹੁਣ ਜਦੋਂ ਟੀਚਰ ਨੇ ਪੜ੍ਹਿਆ ਪ੍ਰੈਜੈਂਟੇਸ਼ਨ ਤੇ 0.75 ਮਾਰਕਸ, ਰੈਲੀਵੈਂਸ ਆਫ ਕੰਟੈਂਟ ਤੇ 0.75 ਮਾਰਕਸ, ਹੈਂਡ ਰਾਈਟਿੰਗ ਤੇ 0.5 ਮਾਰਕਸ, ਇੱਕ ਨੰਬਰ ਦੇ ਵਿੱਚੋਂ ਸਬਮਿਸ਼ਨ ਡਿਟੇਲ ਦੇ ਵਿੱਚ 0.5 ਮਾਰਕਸ, ਰੈਫਰੈਂਸਿਸ ਐਂਡ ਸਾਈਟੇਸ਼ਨ ਤੇ 0.5 ਮਾਰਕਸ, ਐਂਡ ਸਬਮਿਸ਼ਨ ਡਿਟੇਲ ਤੇ 0.5 ਮਾਰਕਸ। ਹੁਣ ਤੁਸੀਂ ਦੇਖੋ ਇੱਥੇ ਜਿਹੜਾ ਹੈ ਉਹ ਬੱਚੇ ਦੇ 4.5 ਨੰਬਰ ਜਿਹੜੇ 8 ਦੇ ਵਿੱਚੋਂ ਦੀ ਉਹ ਆਏ, ਅਤੇ ਇੱਥੇ ਜਿਹੜਾ ਹੈ ਉਹ ਇੱਥੇ ਟੋਟਲ ਆਟੋਮੈਟਿਕਲੀ ਇੱਥੇ ਬੱਚੇ ਦਾ ਸੇਫ ਹੋ ਜਾਏਗਾ। ਇਹ ਬਹੁਤ ਆਸਾਨ ਹੈ ਬੱਚੇ, ਤੁਹਾਨੂੰ ਤੁਸੀਂ ਫਾਈਲ ਜਿਹੜੀ ਹੈ ਬਣਾ ਕੇ ਆਪਣੇ ਕੰਪਿਊਟਰ, ਲੈਪਟੋਪ, ਡੈਸਕਟੋਪ ਜਾਂ ਆਪਣੇ ਮੋਬਾਈਲ 'ਚ ਵੀ ਬਣਾ ਸਕਦੇ ਹੋ ਅਤੇ ਇੱਥੇ ਜਮ੍ਹਾਂ ਕਰਾ ਸਕਦੇ ਹੋ ਇਸ ਤਰੀਕੇ ਦੇ।